ਦਸੂਹਾ ਵਿੱਚ ਇੱਕ ਸੁਨਿਆਰਾ ਜੋ ਕਿ ਗਹਿਣਾ ਵਪਾਰੀਆਂ ਦਾ ਕਾਰੀਗਰ ਵਜੋਂ ਕੰਮ ਕਰਦਾ ਸੀ, ਉਹਨਾਂ ਦਾ ਲੱਖਾਂ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਿਆ। ਸੁਨਿਆਰਿਆਂ ਨੇ ਹੁਣ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਾਈ ਹੈ ਅਤੇ ਉਹਨਾਂ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਹ ਸੁਨਿਆਰਾ ਕਰੀਬ 2 ਕਿਲੋ ਸੋਨਾ ਲੈ ਕੇ ਫਰਾਰ ਹੋ ਗਿਆ ਹੈ। ਅਮਿਤ ਕੁਮਾਰ ਨਾਮ ਦਾ ਵਿਅਕਤੀ ਲੰਬੇ ਸਮੇਂ ਤੋਂ ਦਸੂਹਾ ਵਿੱਚ ਰਹਿ ਰਿਹਾ ਸੀ ਅਤੇ ਉਹ ਸੁਨਿਆਰੇ ਦੀ ਦੁਕਾਨ ਦੇ ਨਾਲ ਗਹਿਣੇ ਬਣਾਉਣ ਦਾ ਵੀ ਕੰਮ ਕਰਦਾ ਸੀ। ਅਮਿਤ ਕੁਮਾਰ ਜੋ ਕਿ ਯੂਪੀ ਦਾ ਰਹਿਣ ਵਾਲਾ ਸੀ, ਉਸਨੇ ਦਸੂਹਾ ਵਿੱਚ ਆਪਣਾ ਆਧਾਰ ਕਾਰਡ ਵੀ ਬਣਾਇਆ ਹੋਇਆ ਸੀ। ਉਸਨੇ ਇੱਥੇ ਆਪਣੀ ਸ਼ੁਰੂਆਤ ਸੁਨਿਆਰਿਆਂ ਤੋਂ ਸੋਨਾ ਲੈ ਕੇ ਉਸਦੇ ਗਹਿਣੇ ਬਣਾਉਣ ਦੇ ਕਾਰੀਗਰ ਦੇ ਤੌਰ 'ਤੇ ਕੀਤੀ ਸੀ ਅਤੇ ਉਹ ਆਸ ਪਾਸ ਦੇ ਇਲਾਕੇ ਵਿੱਚ ਸੁਨਿਆਰੇ ਦਾ ਭਰੋਸਾ ਜਿੱਤਣ ਤੋਂ ਬਾਅਦ ਉਹਨਾਂ ਦੇ ਕੋਲ ਸੋਨਾ ਲੈ ਆਉਂਦਾ ਅਤੇ ਕਾਰੀਗਰ ਦੇ ਤੌਰ 'ਤੇ ਉਹਨਾਂ ਨੂੰ ਤਿਆਰ ਕਰਕੇ ਗਹਿਣੇ ਦੇ ਦਿੰਦਾ ਸੀ, ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਸੁਨਿਆਰਿਆਂ ਨੇ ਆਪਣਾ ਸੋਨਾ ਉਸਨੂੰ ਗਹਿਣੇ ਬਣਾਉਣ ਲਈ ਦਿੱਤਾ ਹੋਇਆ ਸੀ ਅਤੇ ਉਹ ਹੁਣ ਉਹ ਤਕਰੀਬਨ 2 ਕਿਲੋ ਸੁਨਿਆਰਿਆਂ ਵੱਲੋਂ ਦਿੱਤਾ ਸੋਨਾ ਲੈ ਕੇ ਫਰਾਰ ਹੋ ਗਿਆ। ਜਿਸ ਦੀ ਜਾਣਕਾਰੀ ਹੈ, ਸੰਬੰਧਕਾਰ ਸੰਘ ਦੇ ਪ੍ਰਧਾਨ ਸੁਸ਼ੀਲ ਪਟਿਆਲ ਨੇ ਇਸ ਵਿੱਚ ਸ਼ਿਕਾਰ ਹੋਏ ਸੁਨਿਆਰਿਆਂ ਨੂੰ ਨਾਲ ਲੈ ਕੇ ਪੁਲਿਸ ਨੂੰ ਦਿੱਤੀ। ਉਹਨਾਂ ਦੱਸਿਆ ਕਿ ਦਸੂਹਾ ਵਿੱਚ ਅਮਿਤ ਕੁਮਾਰ ਵਾਸੀ ਯੂਪੀ ਦਾ ਰਹਿਣ ਵਾਲਾ ਸੀ ਅਤੇ ਉਸ ਕੋਲ ਦਸੂਹੇ ਦਾ ਆਧਾਰ ਕਾਰਡ ਵੀ ਸੀ। ਅਮਿਤ ਕੁਮਾਰ ਦਸੂਹਾ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਵੀ ਕਰਦਾ ਸੀ ਅਤੇ ਉਹ ਗਹਿਣੇ ਬਣਾਉਣ ਦਾ ਵੀ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਕਾਰੀਗਰ ਅਮਿਤ ਕੁਮਾਰ ਨੂੰ ਸੁਨਿਆਰਿਆਂ ਵੱਲੋਂ ਗਹਿਣੇ ਬਣਾਉਣ ਲਈ ਦਿੱਤਾ ਗਿਆ, ਕਰੀਬ 2 ਕਿਲੋ ਸੋਨਾ ਲੈ ਕੇ ਉਹ ਫਰਾਰ ਹੋ ਗਿਆ ਹੈ। ਸਰਫਾ ਬਾਜ਼ਾਰ ਦੇ ਸਾਰੇ ਸੁਨਿਆਰੇ ਜਿਨ੍ਹਾਂ ਨੇ ਅਮਿਤ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ ਅਤੇ ਪਾਲਿਸ਼ ਕਰਨ ਦਾ ਕੰਮ ਦਿੱਤਾ ਸੀ, ਉਹ ਹੁਣ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਹਨ। ਉਹਨਾਂ SSP ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਖਿਲਾਫ਼ ਕਾਰਵਾਈ ਕਰਕੇ ਉਸਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਡਾਕਟਰ ਹੁਸ਼ਿਆਰਪੁਰ ਸਾਰੇ ਸੁਨਿਆਰੇ ਇਕੱਠੇ ਹੋ ਕੇ ਆਏ ਆ, ਕੀ ਹੈਗਾ ਮਾਮਲਾ ਸਾਰਾ? ਕੱਲ ਇੱਦਾਂ ਹੈ, ਸਾਡੇ ਦਸੂਹੇ ਦੇ ਐਸੋਸੀਏਸ਼ਨ ਦੇ ਬੰਦੇ ਹੈਗੇ, ਕਾਫੀ ਇਕੱਠੇ ਹੋ ਕੇ ਲੋਕੀ ਆਏ ਹੈਗੇ। ਕੱਲ ਉੱਥੇ ਨਾ ਇੱਕ ਉਹਨਾਂ ਦਾ ਬੰਗਾਲੀ ਕਾਰੀਗਰ ਸੀ, ਉਹ ਕਮ ਸੇ ਕਮ 2 ਕਿਲੋ ਦੇ ਕਰੀਬ ਸੋਨਾ ਲੈ ਕੇ ਉਹ ਸਾਰਿਆਂ ਦਾ ਮਾਲ ਮਤਲਬ ਬਣ ਲਈ ਦਿੱਤਾ ਹੁੰਦਾ। ਕਿਹੜੇ ਸੁਨਿਆਰਿਆਂ ਦਾ? ਕਿੱਥੇ ਦੇ? ਦਸੂਹੇ ਦੇ। ਅੱਛਾ। ਤੇ ਉਹ ਲੈ ਕੇ ਨਾ ਸਵੇਰੇ ਸਵੇਰੇ ਦੌੜ ਗਿਆ ਤੇ ਸਾਨੂੰ ਕੱਲ ਉਹਨਾਂ ਦੇ ਫੋਨ ਆਏ ਸੀ ਤੇ ਅਸੀਂ ਕਿਹਾ ਕੋਈ ਨੀ ਜੀ ਆ ਜਾਓ, ਅਸੀਂ ਸਵੇਰੇ ਸਾਰੇ ਇਕੱਠੇ ਹੋ ਕੇ SPC ਸਾਹਿਬ ਨਾਲ ਮਿਲਾਂਗੇ। ਸੁਰਿੰਦਰ ਲਾਂਬਾ ਜੀ ਨੇ ਸਾਨੂੰ ਆਸ਼ਵਾਸਨ ਦਿੱਤਾ ਇਹਦੇ ਬਾਰੇ 'ਚ ਜੋ ਵੀ ਬਣਦੀ ਕਾਰਵਾਈ ਕਰਾਂਗੇ, ਔਰ ਉਹਨਾਂ ਨੇ ਇਮੀਡੀਏਟ SHO ਦਸੂਹਾ ਨੂੰ ਨਿਰਦੇਸ਼ ਦਿੱਤਾ ਕਿ ਤੁਸੀਂ ਜਲਦੀ ਜਲਦੀ ਕਾਰਵਾਈ ਕਰੋ, ਬੰਦਿਆਂ ਨੂੰ ਫੜੋ ਜਾਂ ਉਹਨਾਂ ਦੇ ਕੋਈ ਰੈਲਟੀ ਹੈਗਾ ਉਹਨਾਂ ਨੂੰ ਫੜੋ ਤੇ ਇਹਨਾਂ ਦਾ ਸੋਨਾ ਬਰਾਮਦ ਕਰੋ। ਸਰ, ਜਿਹੜੇ ਇਹ ਕਾਰੀਗਰ ਆ, ਇਹਨਾਂ ਦਾ ਕੋਈ ਉਹ ਨਹੀਂ ਹੁੰਦਾ ਡਾਟਾ ਲਿੱਤਾ ਹੁੰਦਾ ਕਿੱਥੋਂ ਆਏ ਕੌਣ ਆ ਕੀ ਹੈ? ਸਰ, ਡਾਟਾ ਤਾਂ ਲਿੱਤਾ ਹੁੰਦਾ ਪਰ ਇੱਦਾਂ ਨਾ, ਫਿਰ 15-20 ਸਾਲ ਤੇ ਉਹ ਕੰਮ ਕਰ ਰਹੇ ਹੈ। ਹਾਂਜੀ, ਦੇਖੋ ਉਹ ਇੱਥੇ ਦੇ ਬਸਿੰਦੇ ਹੋ ਜਾਂਦੇ। ਹਾਂਜੀ, ਈਵਨ ਕਈਆਂ ਲੋਕਾਂ ਨੇ ਬੋਰਡ ਵੀ ਇੱਥੇ ਬਣਾ ਲਏ, ਆਧਾਰ ਕਾਰਡ ਇੱਥੇ ਬਣੇ ਹੈਗੇ, ਪਰ ਉਹ ਕਿਸੇ ਦਾ ਕੀ ਪਤਾ ਕਦੋਂ ਕਿਸੇ ਦੇ ਮਨ 'ਚ ਖੋਟ ਆ ਜਾਣ, ਹੈਨਾ। ਇਸ ਕਰਕੇ ਦੂਜਾ ਕਾਂਡ ਹੋ ਗਿਆ ਜੀ, ਪਹਿਲੇ ਹਫ਼ਤੇ ਹੋਇਆ ਸੀ ਕਿ ਤੁਹਾਡੇ ਬਹੁਤ ਕਾਂਡ ਹਰ ਆਲ ਓਵਰ ਪੰਜਾਬ 'ਚ ਹੋ ਰਹੇ ਹੈ, ਹੈਨਾ। ਤੇ ਇਹਦਾ ਵੀ ਕੀ ਕਰ ਸਕਦੇ ਜਦੋਂ 15-20 ਸਾਲ ਤੇ ਬੰਦਾ ਕੰਮ ਕਰ ਰਿਹਾ, ਨੱਥ ਪਾਉਣ ਵਾਸਤੇ ਕੀ ਸੋਚਿਆ ਇਹਨਾਂ ਨੂੰ? ਹੁਣ ਇਹਦੇ ਬਾਰੇ 'ਚ ਅਸੀਂ ਪੰਜਾਬ ਲੈਵਲ ਦੀ ਮੀਟਿੰਗ ਕਰਾਂਗੇ, ਅੱਗੇ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਇਹ ਵੀ ਅਸੀਂ ਤਾਂ ਕਹਿੰਦੇ ਵੀ ਆਈਡੈਂਟੀਫਿਕੇਸ਼ਨ ਲਓ, ਇਹਨਾਂ ਨਾਲ ਸਾਨੂੰ ਮਿਲ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ, ਪੁਲਿਸ ਨੂੰ ਵੀ ਨਾਲ ਸਾਡੇ ਨਾਲ ਕੰਮ ਕਰਨਾ ਚਾਹੀਦਾ ਕਿ ਪੁਲਿਸ ਇਹਨਾਂ ਦੀ ਆਈਡੈਂਟੀਫਿਕੇਸ਼ਨ ਲੈ ਕੇ ਟ੍ਰੇਸ ਆਊਟ ਕਰੇ ਇਹਨਾਂ ਨੂੰ। ਔਰ ਇੱਦਾਂ ਵੀ ਇਹ ਜਿਹੜੇ ਬੰਗਾਲੀ ਹੁੰਦੇ ਨੇ ਜੀ, ਨਿੱਤ ਨਵੇਂ ਛੋਟੇ ਛੋਟੇ ਬੱਚੇ ਲੈ ਕੇ ਆਏ, ਹੈਨਾ, ਔਰ ਪਤਾ ਨਹੀਂ ਲੱਗਦਾ ਕੌਣ ਕਿਹਨੂੰ ਲੈ ਰਿਹਾ। ਇਹ ਸਹੀ ਕਲੈਰੀਫਿਕੇਸ਼ਨ ਕਰਦੇ ਆਪਾਂ ਪ੍ਰਸ਼ਾਸਨ ਕੋਲੋਂ, ਇਹਦੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਹੋਵੇ ਕਿ ਆਉਣ ਵਾਲੇ ਟਾਈਮ 'ਚ ਦੇਖੋ ਸੁਨਿਆਰੇ ਬੜੇ ਸੋਫਟ ਟਾਰਗੇਟ ਹੋ ਗਏ ਹਰ ਜਗ੍ਹਾ ਨਾਲ, ਦੇਖੋ ਡਕੈਤੀਆਂ ਹੋ ਰਹੀਆਂ, ਔਰ ਇਹ ਜਿਹੜੇ ਨਿੱਤ ਨਵੀਆਂ ਸੋਨਾ ਲੈ ਕੇ ਦੌੜ ਰਹੇ ਹੈ, ਕੋਈ ਲਿਖਾ ਪੜ੍ਹੀ ਹੈ ਨਹੀਂ ਇਹਨਾਂ ਦੀ, ਕੋਈ ਪਤਾ ਹੈ ਨਹੀਂ ਕਿੱਥੇ ਦੌੜ ਜਾਂਦੇ, ਇਹ ਲੱਭਦੇ ਹੀ ਹੈ ਨਹੀਂ। ਅਤੇ ਮੈਕਸੀਮਮ ਬੰਗਾਲੀ ਯੂਪੀ ਦੇ ਵੀ ਹੈਗੇ, ਵਿੱਚ ਲੋਕ ਮਰਾਠੇ ਵੀ ਹੈਗੇ, ਤੋ ਇਸ ਕਰਕੇ ਅਸੀਂ ਇਹ ਕਹਿੰਦੇ ਪ੍ਰਸ਼ਾਸਨ ਨੂੰ ਇਹਦੇ 'ਚ ਨਕੇਲ ਪਾਈ ਜਾਵੇ। ਇਸ ਦਾ ਠੀਕ ਹੈ ਸਰ? ਜੀ ਸਰ।
ਹੁਣੇ ਮੇਰੇ ਧਿਆਨ ਵਿੱਚ ਆਇਆ ਵੀ ਇੱਥੇ ਜਿਹੜੇ ਸੁਨਿਆਰੇ ਨੇ ਉਹਨਾਂ ਨੇ ਕੋਈ ਆਪਣਾ ਜੇ ਕੰਮ ਕਰਨ ਵਾਸਤੇ ਬੰਦਾ ਰੱਖਿਆ ਹੋਇਆ ਸੀ, ਉਹ ਇਹਨਾਂ ਦਾ ਕਾਫੀ ਜਿਹੜਾ ਸਮਾਨ ਜਿਹੜਾ ਸੋਨਾ ਹੈ ਉਹ ਲੈ ਕੇ ਇੱਥੋਂ ਚੋਰੀ ਕਰਕੇ ਭੱਜ ਗਿਆ। ਅਸੀਂ ਇਮੀਡੀਏਟਲੀ FIR ਦਰਜ ਕਰ ਰਹੇ ਹਾਂ, FIR ਦਰਜ ਕਰਕੇ ਇੱਕ ਸਪੈਸ਼ਲ ਟੀਮ ਜਿਹੜੀ ਹੈ ਉਹ ਬਣਾ ਕੇ ਦੋਸ਼ੀ ਨੂੰ ਫੜਨ ਵਾਸਤੇ ਰਵਾਨਾ ਕੀਤੀ ਜਾ ਰਹੀ ਹੈ। ਜਿਹੜਾ ਪ੍ਰਮਾ ਸਾਹਿਬ ਨੇ ਦੱਸਿਆ ਵੀ 2 ਕਿਲੋ ਸੋਨਾ ਲੈ ਕੇ, ਬਾਕੀ ਜਿਹੜੀ ਤਫਤੀਸ਼ ਦੇ ਵਿੱਚ ਕੁਝ ਬੰਦੇ ਹੋਰ ਵੀ ਹੋਣਗੇ ਜਿਹਨਾਂ ਦਾ ਸਮਾਨ ਗਿਆ ਹੋਏਗਾ, ਸਾਰਾ ਤਫਤੀਸ਼ ਵਿੱਚ ਨਜ਼ਰ ਆਏਗਾ। ਫਿਲਹਾਲ ਤੋਂ ਜੋ ਇਹਨਾਂ ਨੇ ਦੱਸਿਆ ਵੀ ਉਹ ਇਕੱਲਾ ਸੀ ਇੱਥੇ, ਤਾਂ ਉਹ ਇਹਨਾਂ ਦਾ ਜਿਹੜਾ ਸੋਨਾ ਚੋਰੀ ਕਰਕੇ ਚਲਾਏਗਾ। ਠੀਕ ਹੈ ਸਰ।